ਉਹ ਮੇਰਾ ਵੱਡਾ ਭਰਾ ਭਰਾ ਮੈਨੂੰ ਸਿੱਧੂ ਸਾਹਿਬ ਦੀ ਵੀ ਚਿੰਤਾ ਹੈ, ਮੈਨੂੰ ਉਹਨਾਂ ਦੇ ਬੱਚਿਆਂ ਦੀ ਵੀ, ਮੈਂ ਦਰਦ ਨੂੰ ਮਹਿਸੂਸ ਕਰਦਾ, ਉਹਨਾਂ ਦੀ ਬੇਟੀ ਦੇ ਦਰਦ ਨੂੰ ਵੀ ਮਹਿਸੂਸ ਕਰਦਾ, ਉਹਨਾਂ ਨੂੰ ਧਰਮ ਪਤਨੀ ਦੇ। ਮੈਂ ਐਡਾ ਕਿਹਾ ਗੁਜਰਾ ਨਹੀਂ ਕਿ ਮੈਂ ਅੱਜ ਸਿੱਧੂ ਸਾਹਿਬ ਜੇਲ੍ਹ 'ਚ ਨੇ ਤਾਂ ਮੈਂ ਸਵਾਦ ਲਵਾਂ ਇਸ ਗੱਲ ਦਾ, ਨਾ ਮੇਰੇ ਕਰਕੇ ਕੋਈ ਨਵਾਂ ਕਮਰਾ ਨਹੀਂ ਪੈ ਗਿਆ। ਹਾਂ, ਜਿਨ੍ਹਾਂ ਨੂੰ ਬੈੱਡ ਮਿਲੇ ਆ, ਜਿਨ੍ਹਾਂ ਨੂੰ ਗੱਦੇ ਮਿਲੇ ਆ, ਜਿਨ੍ਹਾਂ ਨੂੰ ਕੂਲਰ ਮਿਲੇ ਆ, ਜਿਨ੍ਹਾਂ ਨੂੰ ਅੱਠ ਅੱਠ ਕਦੇ ਬਦਾਮ ਮਿਲਣਾ, ਚੁਕੰਦਰ ਮਿਲਣਾ, ਕਦੇ ਸਵੇਰੇ ਕੈਮੋਮਾਈਲ ਟੀ ਆਉਣੀ ਹੈ, ਸ਼ਾਮ ਨੂੰ ਕਿਹੜੀ ਟੀ ਆਉਣੀ ਹੈ, ਇੰਨੀ ਤਾਂ ਤੁਹਾਨੂੰ ਨਹੀਂ ਮਿਲੀ ਹੋਣੀ ਬਾਹਰ ਰਹਿੰਦੇ ਆ। ਮੇਰਾ ਕੀ ਲੈਣਾ ਦੇਣਾ ਜੀ, ਉਹ ਆਪਦਾ ਆਪਦਾ ਕੰਮ ਕਰੇ। ਮੇਰਾ ਭਰਾ, ਉਹ ਮੇਰਾ ਵੱਡਾ ਭਰਾ ਭਰਾ ਮੈਨੂੰ ਸਿੱਧੂ ਸਾਹਿਬ ਦੀ ਵੀ ਚਿੰਤਾ ਹੈ, ਮੈਨੂੰ ਉਹਨਾਂ ਦੇ ਬੱਚਿਆਂ ਦੀ ਵੀ, ਮੈਂ ਦਰਦ ਨੂੰ ਮਹਿਸੂਸ ਕਰਦਾ, ਉਹਨਾਂ ਦੀ ਬੇਟੀ ਦੇ ਦਰਦ ਨੂੰ ਵੀ ਮਹਿਸੂਸ ਕਰਦਾ, ਉਹਨਾਂ ਨੂੰ ਧਰਮ ਪਤਨੀ ਦੇ। ਮੈਂ ਐਡਾ ਕਿਹਾ ਗੁਜਰਾ ਨਹੀਂ ਕਿ ਮੈਂ ਅੱਜ ਸਿੱਧੂ ਸਾਹਿਬ ਜੇਲ੍ਹ 'ਚ ਨੇ ਤਾਂ ਮੈਂ ਸਵਾਦ ਲਵਾਂ ਇਸ ਗੱਲ ਦਾ, ਨਾ ਠੀਕ ਹੈ ਉਹ ਉਹਨਾਂ ਨੂੰ ਉਹ ਸਜ਼ਾ ਜਾਪਦਾ ਨੇ, ਮਗਰ ਮੈਂ ਉਹਨਾਂ ਦੇ ਵੀ ਸੁੱਖ ਮੰਗ ਜੇ ਰਿਹਾਈ ਹੋਵੇ ਵੀ ਅੱਜ ਤੋਂ ਬਾਅਦ ਇਸ ਤਰ੍ਹਾਂ ਇਹ